ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਸੋ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੌਸਮ ਦੀ, ਪੰਜਾਬ ਦੀ, ਕਿ ਅੱਜ 27 ਅਕਤੂਬਰ ਨੂੰ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ, ਕਿਹੜੇ ਇਲਾਕਿਆਂ ਵਿੱਚ ਕੀ ਮੌਸਮੀ ਹਲਚਲ ਹੋਵੇਗੀ, ਹਵਾਵਾਂ ਤੋਂ ਲੈ ਕੇ ਤਾਪਮਾਨ ਬੱਦਲਵਾਈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਪਹਿਲਾਂ ਗੱਲ ਕਰੀਏ ਜੇਕਰ ਆਪਾਂ ਹਵਾਵਾਂ ਦੀ, ਤਾਂ ਹਵਾਵਾਂ ਲਗਾਤਾਰ ਅੱਜ ਆਪਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੱਛਮ ਦਿਸ਼ਾ ਤੋਂ ਵਗਦੀਆਂ ਹੋਈਆਂ ਦੇਖਣ ਨੂੰ ਮਿਲਣਗੀਆਂ ਪੂਰੇ ਸੂਬੇ ਦੇ ਸਾਰੇ ਇਲਾਕਿਆਂ ਦੇ ਵਿੱਚ। ਹਾਲਾਂਕਿ ਸਵੇਰ ਦੇ ਸਮੇਂ ਥੋੜ੍ਹੀ ਜਿਹੀ ਗਤੀ ਘੱਟ ਰਹੇਗੀ, ਪਰ ਜਿਉਂ ਜਿਉਂ ਸਮਾਂ ਅੱਗੇ ਦੁਪਹਿਰ ਵੱਲ ਵਧੇਗਾ ਤਾਂ ਹਵਾ ਦੀ ਗਤੀ ਦੇ ਵਿੱਚ ਥੋੜ੍ਹਾ ਜਿਹਾ ਵਾਧਾ ਦੇਖਣ ਨੂੰ ਮਿਲੂਗਾ ਅਤੇ 10 ਤੋਂ ਲੈ ਕੇ ਹੋ ਸਕਦਾ ਕਿ 20 ਜਾਂ 25 ਕਿਲੋਮੀਟਰ ਰਫ਼ਤਾਰ ਦੀਆਂ ਹਵਾਵਾਂ ਸੂਬੇ ਦੇ ਵੱਖ ਵੱਖ ਇਲਾਕਿਆਂ ਵਿੱਚ ਵਗਣਗੀਆਂ। ਅਤੇ ਇਸ ਦੌਰਾਨ ਜੋ ਦਿਨ ਦਾ ਤਾਪਮਾਨ ਰਹੇਗਾ ਉਹ ਲਗਭਗ 24 ਤੋਂ ਲੈ ਕੇ 27 ਜਾਂ 28 ਡਿਗਰੀ ਤੱਕ ਵੱਖ ਵੱਖ ਜ਼ਿਲ੍ਹੇ ਦੇ ਵਿੱਚ ਦਰਜ ਕੀਤਾ ਜਾਵੇਗਾ। ਪਿਛਲੇ ਦਿਨਾਂ ਦੇ ਮੁਕਾਬਲੇ ਥੋੜ੍ਹਾ ਜਿਹਾ ਟੈਂਪਰੇਚਰ 1-2 ਡਿਗਰੀ ਵਧਣਗੇ, ਕਿਉਂਕਿ ਹਾਲੇ ਜਿਹੜਾ ਮੌਸਮ ਹੈ ਦੇਖੀਏ ਉਹ ਸਰਦੀ ਦਾ ਪੂਰਾ ਨਹੀਂ ਆਇਆ, ਬਰਸਾਤ ਦੇ ਕਾਰਨ ਅਗੇਤੀ ਜਿਹੜੀ ਸਰਦੀ ਆ ਜਿਹਨੂੰ ਆਪਾਂ ਥੋੜ੍ਹੀ ਜਿਹੀ ਅਸਥਾਈ ਸਰਦੀ ਕਹਿ ਸਕਦੇ ਹਾਂ, ਅਸਥਾਈ ਠੰਡ, ਮਤਲਬ ਇਹ ਕੁਝ ਦਿਨਾਂ ਲਈ ਰਹੇਗੀ ਕਿਉਂਕਿ ਹਾਲੇ ਜਿਹੜਾ ਮੌਸਮ ਹੈ ਉਹ ਪੂਰੀ ਤਰ੍ਹਾਂ ਸਰਦੀ ਦੇ ਅਨੁਕੂਲ ਨਹੀਂ ਹੋਇਆ, ਜਿਸ ਕਰਕੇ ਟੈਂਪਰੇਚਰ ਹਾਲੇ ਇੱਕ ਵਾਰ ਥੋੜ੍ਹੇ ਜਿਹੇ ਵਧਣਗੇ, 2-4 ਡਿਗਰੀ ਦੇ ਕਰੀਬ ਆਸ ਪਾਸ। ਹੋ ਸਕਦਾ ਕਿ 30 ਡਿਗਰੀ ਤੱਕ ਦਿਨ ਦੇ ਤਾਪਮਾਨ ਵੀ ਆਉਣ ਵਾਲੇ 1-2 ਦਿਨਾਂ ਤੱਕ ਪਹੁੰਚ ਸਕਦੇ ਨੇ, ਪਰ ਠੰਡੀਆਂ ਹਵਾਵਾਂ ਚੱਲਣ ਕਰਕੇ ਜਿਹੜਾ ਕਿਤੇ ਨਾ ਕਿਤੇ ਤਾਪਮਾਨ ਵਧਣ ਨੂੰ ਥੋੜ੍ਹੀ ਬਹੁਤ ਜਿਹੜੀ ਠੱਲ ਪਵੇਗੀ। ਅਤੇ ਇਸ ਦੌਰਾਨ ਬੱਦਲਵਾਈ ਲਗਭਗ ਪੰਜਾਬ ਦੇ ਨਾਂ ਮਾਤਰ ਰਹੇਗੀ ਸਾਰੇ ਇਲਾਕਿਆਂ ਦੇ ਵਿੱਚ। ਲਗਭਗ ਮੌਸਮ ਜਿਹੜਾ ਜ਼ਿਆਦਾਤਰ 90 ਤੋਂ 95% ਸਾਫ਼ ਰਹੇਗਾ, ਕੁਝ ਇਲਾਕਿਆਂ ਵਿੱਚ ਹਲਕੀ ਫੁਲਕੀ ਟੁੱਟਵੀਂ ਬੱਦਲਵਾਈ ਦੇਖਣ ਨੂੰ ਮਿਲ ਸਕਦੀ ਹੈ, ਕੁਝ ਜਿਵੇਂ ਪੱਛਮੀ ਇਲਾਕੇ ਹੋ ਗਏ ਜਾਂ ਫਿਰ ਉੱਤਰੀ ਇਲਾਕੇ ਜਿਹੜੇ ਪਹਾੜੀ ਇਲਾਕਿਆਂ ਵੱਲ ਪੈਂਦੇ ਨੇ, ਪਰ ਮੀਂਹ ਦੇ ਅਸਰ ਨਹੀਂ ਹੋਣਗੇ ਕਿਉਂਕਿ ਮੌਸਮ ਜਿਹੜਾ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਹੀ ਬਣਿਆ ਰਹੇਗਾ।